ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਅੱਜ ਦਾ ਦਿਨ ਅਰਦਾਸ ਦੀ ਮਹਾਨਤਾ ਨਾਲ ਜੁੜਿਆ ਹੋਇਆ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅੱਜ ਦੇ ਦਿਨ ਅਰਦਾਸ ਕੀਤੀ ਗਈ ਸੀ। ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਆਖਿਰ ਅੱਜ ਦੇ ਦਿਨ ਕਿਹੜੀ ਅਰਦਾਸ ਬੇਨਤੀ ਕੀਤੀ ਗਈ ਸੀ? ਦੇਖੋ, ਮੈਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅਰਦਾਸ ਕੀਤੀ ਗਈ ਸੀ, ਭਾਵੇਂ ਕਿ ਅਰਦਾਸ ਗੁਰੂ ਦਾ ਸਿੱਖ ਰੋਜ਼ਾਨਾ ਸਵੇਰੇ ਨੇਤਰੇ ਤੋਂ ਬਾਅਦ, ਉਸ ਤੋਂ ਬਾਅਦ ਸ਼ਾਮ ਨੂੰ ਕੀਰਤਨ ਸੋਲਾ ਸੌਣ ਤੋਂ ਪਹਿਲਾਂ ਜਦੋਂ ਵੀ ਸਮਾਂ ਜੁੜਦਾ ਇਸ ਤਰ੍ਹਾਂ ਅਰਦਾਸ ਕਰਦਾ ਰਹਿੰਦਾ। ਪਰੰਤੂ ਕਿਸੇ ਵਿਸ਼ੇਸ਼ ਮੰਤਵ ਨੂੰ ਲੈ ਕੇ, ਕਿਸੇ ਵਿਸ਼ੇਸ਼ ਵਿਸ਼ੇ ਨੂੰ ਲੈ ਕੇ ਜਿਹੜੀ ਅਰਦਾਸ ਕੀਤੀ ਅੱਜ ਦੇ ਦਿਨ 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਸੋ ਉਹ ਅਰਦਾਸ, ਮਤਲਬ ਜੇ ਮੈਂ ਇਹ ਕਹਾਂ ਕਿ ਇੱਕ ਇਤਿਹਾਸਿਕ ਮੋੜ ਸਾਬਤ ਹੋਈ, ਜਿਹੜਾ ਸੰਘਰਸ਼ ਸਿੱਖ ਕੌਮ ਨੇ ਲੜਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਦੋਨੇ ਕਰੀਬੀ ਸਾਥੀ ਸਿੱਖ ਸਰੂਪ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਅਠਾਰਾ ਸਿੰਘ ਜੀ, ਉਹ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿੱਚ ਉਹਨਾਂ ਦੇ ਜਿਹੜੇ 3 ਸਾਥੀ ਪੁਲਿਸ ਵੱਲੋਂ ਪਹਿਲਾਂ ਗ੍ਰਿਫਤਾਰ ਕੀਤੇ ਹੋਏ ਸੀ, ਉਹਨਾਂ ਦੀ ਜ਼ਮਾਨਤ ਕਰਵਾਉਣ ਗਏ। ਪਰੰਤੂ ਪੁਲਿਸ ਨੇ ਉਲਟਾ ਭਾਈ ਅਮਰੀਕ ਸਿੰਘ ਨੂੰ ਵੀ ਅਤੇ ਬਾਬਾ ਅਠਾਰਾ ਸਿੰਘ ਨੂੰ ਵੀ ਝੂਠੇ ਕੇਸਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ, ਉਹਨਾਂ 'ਤੇ ਝੂਠੇ ਕੇਸ ਪਾ ਦਿੱਤੇ। ਸੋ ਜਦੋਂ ਇਹ ਖਬਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੱਕ ਪਹੁੰਚੀ ਕਿ ਭਾਈ ਅਮਰੀਕ ਸਿੰਘ ਅਤੇ ਬਾਬਾ ਅਠਾਰਾ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤਾਂ ਉਹ ਉਸੇ ਸਮੇਂ ਬਿਨਾਂ ਕੋਈ ਸਮਾਂ ਗਵਾਇਆ, ਬਿਨਾਂ ਕੋਈ ਸੋਚ ਵਿਚਾਰ ਕੀਤਿਆਂ, ਸਾਥੀਆਂ ਨਾਲ ਸਲਾਹ ਮਸ਼ਵਰਾ ਕੀਤਿਆਂ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚੇ, ਗੁਰੂ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੈਂ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਮੋਰਚਾ ਲਾਉਣ ਲੱਗਾ, ਜਿਹਦਾ ਮੈਂ ਇਹ ਮੋਰਚਾ ਆਪਣੀ ਨਿੱਜੀ ਸ਼ੋਹਰਤ ਲਈ ਲਾ ਰਿਹਾ, ਮੈਨੂੰ ਸਫਲਤਾ ਨਾ ਬਖਸ਼ੇ। ਪਰੰਤੂ ਜੇ ਮੋਰਚਾ ਮੈਂ ਸੱਚੀ ਮੁੱਚੀ ਪੰਥਕ ਹਿੱਤਾਂ ਦੀ ਰਾਖੀ ਲਈ ਲਾ ਰਿਹਾ, ਤਾਂ ਮੈਂ ਆਪਣਾ ਸਿਰ ਤੁਹਾਡੇ ਅੱਗੇ ਸਮਰਪਿਤ ਕਰਦਾ। ਸੋ ਸੰਤਾਂ ਨੇ ਇਹ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਗੁਰੂ ਦੇ ਸਨਮੁੱਖ ਹੋ ਕੇ ਕੀਤੀ ਅਤੇ ਉਸੇ ਸਮੇਂ ਮੋਰਚੇ ਦਾ ਐਲਾਨ ਕਰਤਾ। ਸਿੰਘ ਸੀ ਜਿਹੜੇ ਅਕਵਿੰਦਾ ਸਿੰਘਾਂ ਦਾ ਜੱਥਾ ਸੀ ਜਿਹੜਾ, ਉਹ ਮੋਰਚੇ ਲਈ ਭੇਜਿਆ। ਸੋ ਇਹ ਅੱਜ ਦੇ ਦਿਨ, ਮਤਲਬ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਅਰਦਾਸ ਕੀਤੀ ਕਿ ਜਿਹੜੀ ਅਰਦਾਸ ਗੁਰੂ ਨੂੰ ਸਿਰ ਦੇ ਕੇ ਕੀਤੀ ਜਾਂਦੀ ਆ, ਉਸ ਅਰਦਾਸ ਨੂੰ ਗੁਰੂ ਹਮੇਸ਼ਾ ਪ੍ਰਵਾਨ ਕਰਦਾ ਅਤੇ ਉਹ ਅਰਦਾਸ 'ਚ ਹਮੇਸ਼ਾ ਸਫਲਤਾ ਪ੍ਰਾਪਤ ਹੁੰਦੀ ਹੈ। ਸੱਚੇ ਸਿੱਖ ਦੇ ਮਨੋਂ ਨਿਕਲੀ ਅਰਦਾਸ ਹਮੇਸ਼ਾ ਦਰਗਾਹ ਦੇ ਵਿੱਚ ਕਬੂਲ ਕੀਤੀ ਜਾਂਦੀ ਹੈ, ਕੀ ਇਹ ਅੱਜ ਦੇ ਦਿਨ ਦਾ ਸੁਨੇਹਾ ਹੈ? ਕਿਉਂਕਿ ਬਿਲਕੁਲ ਸਹੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਅੱਜ ਜਦੋਂ ਸੂਚਨਾ ਟੈਕਨੋਲੋਜੀ ਦੀ ਸਦੀ ਚੱਲ ਰਹੀ ਹੈ,
ਇੰਟਰਨੈਟ ਹੈ, ਮੋਬਾਈਲ ਫੋਨ ਨੇ ਜਾਂ ਹੋਰ ਦੂਸਰੇ ਜਿਹੜੇ ਸੰਚਾਰ ਸਾਧਨ ਨੇ, ਨਵੀਨ ਸਾਧਨ ਨੇ, ਅਸੀਂ ਮਤਲਬ ਸੈਂਕੜ ਦੇ ਵੀ ਹਿੱਸੇ ਤੋਂ ਪਹਿਲਾਂ ਇੱਥੇ ਬੈਠੇ ਸੱਤ ਸਮੁੰਦਰੋਂ ਪਾਰ ਗੱਲ ਕਰ ਲੈਂਦੇ ਹਾਂ। ਸੱਤ ਸਮੁੰਦਰੋਂ ਪਾਰ ਹੀ ਜਿਹੜਾ ਸਾਡਾ ਨੈੱਟ ਰਾਹੀਂ ਹਰ ਗੱਲ ਹੈ ਜਿਹੜੀ ਉਹ ਪਹੁੰਚ ਜਾਂਦੀ ਆ, ਫੇਸਬੁੱਕ ਆ, ਯੂਟਿਊਬ ਆ। ਸੋ ਉਹ ਉਹਦੇ ਪਿੱਛੇ ਕੀ ਆ, ਵੇਵਸ ਨੇ, ਲਹਿਰਾਂ ਨੇ, ਉਹ ਵੇਵਸ ਨੇ ਜਿਹੜੀਆਂ, ਉਹ ਸੰਚਾਰ ਸਾਧਨ ਜਿਹੜੇ ਸਾਇੰਸ ਨੇ, ਟੈਕਨੋਲੋਜੀ ਨੇ ਡਿਵੈਲਪ ਕੀਤੇ ਨੇ, ਉਹਨਾਂ ਦੇ ਨਾਲ ਜਿਹੜਾ ਟਾਵਰ ਹੈ ਉਹ ਇੱਥੋਂ ਵਾਲਿਆਂ ਨੂੰ ਉੱਥੇ ਪਹੁੰਚਾ ਦਿੰਦਾ। ਸੋ ਇਸੇ ਤਰ੍ਹਾਂ ਕੁਦਰਤ ਦਾ, ਬ੍ਰਹਿਮੰਡ ਦਾ ਵੀ ਇੱਕ ਟਾਵਰ ਹੈ ਜਿਹੜਾ ਸੱਚੇ ਮਨੋਂ ਨਿਕਲੀਆਂ ਤਰੰਗਾਂ ਨੂੰ, ਸੱਚੇ ਮਨੋਂ ਨਿਕਲੀ ਭਾਵਨਾ ਨੂੰ, ਸੱਚੇ ਮਨੋਂ ਉੱਠੀ ਹੂਕ ਨੂੰ, ਉਹ ਬ੍ਰਹਿਮੰਡ ਦਾ ਟਾਵਰ ਹੈ ਜਿਹੜਾ ਉਹ ਤੁਰੰਤ ਕੈਚ ਕਰਦਾ। ਸੋ ਜਦੋਂ ਕਿਸੇ ਸੱਚੇ ਸਿੱਖ ਦੇ ਮਨ 'ਚੋਂ ਗੁਰੂ ਦੇ ਸਾਹਮਣੇ ਹੋ ਕੇ ਸੱਚੀ ਅਰਦਾਸ ਆ ਜਿਹੜੀ ਉਹ ਹੁੰਦੀ ਆ, ਅਤੇ ਗੁਰੂ ਉਸ ਅਰਦਾਸ ਨੂੰ ਜਿਹੜਾ ਮੈਂ ਜਿਵੇਂ ਗੱਲ ਕੀਤੀ ਆ ਕਿ ਬ੍ਰਹਿਮੰਡ ਦਾ ਟਾਵਰ, ਉਸੇ ਵੇਲੇ ਉਹ ਉਸ ਨੂੰ, ਉਹਨਾਂ ਲਹਿਰਾਂ ਨੂੰ, ਉਹਨਾਂ ਵੇਵਸ ਨੂੰ, ਉਹਨਾਂ ਭਾਵਨਾਵਾਂ ਨੂੰ, ਉਹਨਾਂ ਨੂੰ ਕੈਚ ਕਰਦਾ। ਸਿੱਖ ਇਤਿਹਾਸ ਦੇ ਵਿੱਚ ਐਡੀ ਵੱਡੀਆਂ ਉਦਾਹਰਨਾਂ ਨੇ ਕਿ ਜਦੋਂ ਸੱਚੇ ਸਿੱਖਾਂ ਨੇ ਸੱਚੇ ਮਨੋਂ ਅਰਦਾਸ ਕੀਤੀ ਆ, ਤਾਂ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਵੀ ਉਹ ਅਰਦਾਸ ਸਿਰੇ ਚੜ੍ਹੀ ਆ, ਗੁਰੂ ਨੇ ਬੌੜੀ ਕੀਤੀ ਆ। ਬਾਬਾ ਦੀਪ ਸਿੰਘ ਜੀ ਉਮਰ ਦੇ ਆਖਰੀ ਬਜ਼ੁਰਗ ਨੇ, ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਆਪਣਾ ਜਥਾ ਨਾਲ ਲੈ ਕੇ ਚੱਲਦੇ ਨੇ, ਅਤੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ, ਮੈਂ ਅੱਜ ਦਰਬਾਰ ਸਾਹਿਬ ਦੀ ਰਾਖੀ ਦੇ ਲਈ, ਦੁਸ਼ਮਣਾਂ ਦੇ ਨਾਲ ਟਾਕਰਾ ਕਰਨ ਦੇ ਲਈ ਆਪਣੇ ਸਾਥੀਆਂ ਨਾਲ ਚੱਲਿਆ, ਅਤੇ ਜੇ ਮੇਰਾ ਸੀਸ ਲੱਗੇ ਤਾਂ ਦਰਬਾਰ ਸਾਹਿਬ ਦਾ ਅਰਦਾਸ ਬੇਨਤੀ ਗੁਰੂ ਸਾਹਿਬ ਅੱਗੇ ਬਾਬਾ ਦੀਪ ਸਿੰਘ ਨੇ ਕੀਤੀ ਕਿ ਜੇ ਮੇਰਾ ਸੀਸ ਲੱਗੇ ਤਾਂ ਦਰਬਾਰ ਸਾਹਿਬ ਦੀ ਅਪਰ ਕਰਮਾ ਜਾਂ ਦਰਬਾਰ ਸਾਹਿਬ 'ਚ ਜਾ ਕੇ ਲੱਗੇ। ਅਤੇ ਸ਼ਾਇਦ ਵਿਗਿਆਨਿਕ ਜਾਂ ਹੋਰ ਇਸ ਗੱਲ ਨੂੰ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ, ਦੁਨੀਆ ਜਾਣਦੀ ਆ, ਚਸ਼ਮਦੀਦ ਨੇ ਇਸ ਗੱਲ ਦੇ, ਇਤਿਹਾਸ ਇਸ ਗੱਲ ਦਾ ਗਵਾਹ ਕਿ ਬਾਬਾ ਦੀਪ ਸਿੰਘ ਦੀ ਅਰਦਾਸ ਪੂਰੀ ਹੋਈ ਭਾਵੇਂ ਉਹਨਾਂ ਦਾ ਸੀਸ ਕੱਟਿਆ ਗਿਆ ਸੀ। ਬਿਨਾਂ ਸੀਸ ਤੋਂ, ਬਿਨਾਂ ਧੜ ਤੋਂ ਇੱਕ ਅਰਦਾਸ ਦੀ ਪੂਰਤੀ ਲਈ, ਕਿਉਂਕਿ ਉਹ ਅਰਦਾਸ ਆ ਜਿਹੜੀ ਉਹਨੂੰ ਬ੍ਰਹਿਮੰਡ ਦੇ ਟਾਵਰ ਨੇ ਕੈਚ ਕੀਤਾ ਸੀ, ਗੁਰੂ ਸਾਹਿਬ ਨੇ ਉਸ ਅਰਦਾਸ ਨੂੰ ਪ੍ਰਵਾਨ ਕੀਤਾ ਸੀ ਅਤੇ ਉਹ ਅਰਦਾਸ ਸਿਰੇ ਚੜ੍ਹੀ। ਤਾਂ ਦੁਨੀਆ ਦੇ ਇਤਿਹਾਸ 'ਚ ਇਹ ਮਤਲਬ ਪਹਿਲੀ ਉਦਾਹਰਣ ਆ ਕਿ ਕਿਸੇ ਵਿਅਕਤੀ ਨੇ ਮੌਤ ਨੂੰ ਚੁਣੌਤੀ ਦਿੱਤੀ ਹੋਈ ਕਿ ਮੈਂ ਸੀਸ ਆ ਜਿਹੜਾ ਮੈਂ ਆਪਣੇ ਸਵਾਸ ਨੇ ਜਿਹੜੇ ਜਾ ਕੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਤਿਆਗ ਰਹੇ ਨੇ ਇਸ ਤੋਂ ਪਹਿਲਾਂ ਨਹੀਂ। ਸੋ ਮੌਤ ਹਾਰੀ, ਬਾਬਾ ਦੀਪ ਸਿੰਘ ਅੱਗੇ ਮੌਤ ਹਾਰੀ, ਉਹਨਾਂ ਦੀ ਅਰਦਾਸ ਜਿੱਤੀ। ਸੋ ਇਹ ਸੱਚੇ ਦਿਲੋਂ ਮਤਲਬ ਸੱਚੇ ਮਨੋਂ ਕੀਤੀ ਅਰਦਾਸ ਬੇਨਤੀ ਹੈ ਜਿਹੜੀ ਉਹ ਅਸੀਂ ਗੱਲ ਕਰਦੇ ਹਾਂ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਬਿਨਾਂ ਕਿਸੇ ਅਗਾਊਂ ਸੋਚ ਵਿਚਾਰ ਦੇ ਜਦੋਂ ਸਿਰਫ ਸੁਨੇਹਾ ਮਿਲਿਆ ਕਿ ਬਾਬਾ ਭਾਈ ਅਮਰੀਕ ਸਿੰਘ ਅਤੇ ਬਾਬਾ ਅਠਾਰਾ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਉਹਨਾਂ ਦਾ ਮਨ ਜੋਸ਼ 'ਚ ਆਇਆ ਕਿ ਸਾਡੀ ਕੌਮ ਦੇ ਨਾਲ ਐਡਾ ਵੱਡਾ ਧੱਕਾ, ਇੱਕ ਬੰਦੇ ਦੂਸਰਿਆਂ ਦੀ ਜਮਾਨਤ ਕਰਾਉਣ ਜਾਂਦੇ ਨੇ, ਉਹਨਾਂ 'ਤੇ ਵੀ ਝੂਠੇ ਕੇਸ ਪਾ ਕੇ ਉਹਨਾਂ 'ਤੇ ਤਸ਼ੱਦਦ ਕੀਤਾ ਜਾਂਦਾ। ਸੋ ਉਹਨਾਂ ਨੇ ਤੁਰੰਤ ਫੈਸਲਾ ਲੈ ਲਿਆ ਕਿ ਇਸ ਧੱਕੇ ਦੇ ਵਿਰੁੱਧ, ਇਸ ਜ਼ੋਰ ਦੇ ਵਿਰੁੱਧ, ਇਸ ਜਬਰ ਦੇ ਵਿਰੁੱਧ
ਲੜਾਈ ਲੜਨੀ ਹੈ, ਸੰਘਰਸ਼ ਕਰਨਾ। ਤੋ ਉਹਨਾਂ ਨੇ ਤੁਰੰਤ ਗੁਰੂ ਅੱਗੇ ਜਾ ਕੇ ਅਰਦਾਸ ਬੇਨਤੀ ਕੀਤੀ ਅਤੇ ਅਰਦਾਸ ਬੇਨਤੀ 'ਚ ਆਪਣਾ ਸਿਰ ਅਰਪਿਤ ਕੀਤਾ। ਸੋ ਅੱਜ ਦੇ ਦਿਨ ਦੀ ਇਹੀ ਮਹਾਨਤਾ ਹੈ ਕਿ ਜਦੋਂ ਕੋਈ ਸਿੱਖ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਸਿਰ ਗੁਰੂ ਨੂੰ ਸਮਰਪਿਤ ਕਰਕੇ ਕੋਈ ਅਰਦਾਸ ਬੇਨਤੀ ਕਰਦਾ ਅਤੇ ਉਹ ਅਰਦਾਸ ਬੇਨਤੀ ਹੈ ਜਿਹੜੀ ਉਹ ਸਿਰੇ ਚੜ੍ਹਦੀ ਆ, ਸਿੱਖ ਦੀ ਜਿੱਤ ਹੁੰਦੀ ਹੈ। ਅੱਜ ਦੀ ਅਰਦਾਸ ਆਖਿਰ ਮੁੱਲ ਦੀ ਅਰਦਾਸ ਕਿਉਂ ਹੋ ਗਈ ਹੈ? ਗੱਲ ਉੱਥੇ ਆ ਗਈ ਨਾ ਕਿ ਅਰਦਾਸ ਦੀ ਮਹਾਨਤਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਿੱਖ ਦਾ ਗੁਰੂ ਦੇ ਨਾਲ ਸਿੱਧਾ ਰਾਬਤਾ ਜੀ ਵਿਚਕਾਰ, ਮਤਲਬ ਸਿੱਖ ਧਰਮ ਦੁਨੀਆ ਦਾ ਇੱਕੋ ਇੱਕ ਨਿਆਰਾ ਨਿਰਾਲਾ ਧਰਮ ਹੈ ਜਿਹਦੇ 'ਚ ਵਿਚਕਾਰ ਕੋਈ ਵਿਚੋਲਾ ਨਹੀਂ ਹੈ। ਜੀ ਸਿੱਖ ਨੇ ਗੁਰੂ ਦੇ ਨਾਲ ਸਿੱਧਾ ਰਾਬਤਾ, ਉਹਦਾ ਸਿੱਧਾ ਸਿੱਧੀ ਉਹਨੇ ਰੂਬਰੂ ਗੁਰੂ ਦੇ ਸਨਮੁੱਖ ਹੋ ਕੇ ਉਹਨੇ ਜਦੋਂ ਅਰਦਾਸ ਬੇਨਤੀ ਕਰਦਾ ਅਤੇ ਉਹ ਗੁਰੂ ਨਾਲ ਇੱਕ ਮਿੱਕ ਹੁੰਦਾ, ਪਰੰਤੂ ਹੁੰਦਾ ਤਾਜ਼ਾ ਜੇ ਉਹ ਗੁਰੂ ਨੂੰ ਸਮਰਪਿਤ ਹੋਵੇ। ਗੁਰੂ ਦੀ ਮੱਤ ਅਨੁਸਾਰ ਅਸੀਂ, ਮਤਲਬ ਜਿਹੜੀ ਸਾਡੀ ਜੀਵਨ ਸ਼ੈਲੀ ਆ ਉਹ ਗੁਰੂ ਦੀ ਮੱਤ ਅਨੁਸਾਰ ਆ, ਗੁਰਮਤ ਅਨੁਸਾਰ ਆ। ਸੋ ਜਦੋਂ ਸਿੱਖ ਗੁਰੂ ਨੂੰ ਸਮਰਪਿਤ ਹੋ ਕੇ ਅਰਦਾਸ ਕਰਦੇ ਸੀ ਤਾਂ ਉਹ ਅਰਦਾਸ ਪੂਰੀ ਹੁੰਦੀ ਸੀ, ਪਰੰਤੂ ਅੱਜ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅੱਜ ਅਰਦਾਸ ਮੁੱਲ ਦੀ ਹੋ ਗਈ, ਅਸੀਂ ਮਤਲਬ ਆਪਣੇ ਆਪ ਨੂੰ ਇਸ ਗੱਲ ਦੇ ਯੋਗ ਹੀ ਨਹੀਂ ਸਮਝਦੇ ਕਿ ਅਸੀਂ ਗੁਰੂ ਦੇ ਸਨਮੁੱਖ ਹੋ ਕੇ ਗੁਰੂ ਦੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹਾਂ। ਮਤਲਬ ਅਸੀਂ ਇਸ ਗੱਲ ਤੋਂ ਇੱਕ ਤਰ੍ਹਾਂ ਆਪ ਹੀ ਭਗੌੜੇ ਹੋ ਗਏ ਜੀ। ਅਤੇ ਅਰਦਾਸ ਦੇ ਲਈ ਅਰਦਾਸੀ ਸਿੰਘ ਨੂੰ ਬੁਲਾਇਆ ਜਾਂਦਾ ਵਾ ਦਰਬਾਰ ਸਾਹਿਬ ਤੋਂ 11,000 ਦੇ ਕੇ, ਕਿਸੇ ਹੋਰ ਨਾਮੀ ਅਰਦਾਸੀ ਨੂੰ ਕਿਸੇ ਨੂੰ, ਮਤਲਬ ਭਾਈ ਜੀ ਅਰਦਾਸ ਕਰਦਾ ਅਤੇ ਉਹ 100 ਰੁਪਏ ਦਾ ਨੋਟ ਉਹਦੇ ਜਾ ਕੇ ਮਤਲਬ ਉਹਦੇ ਹੱਥ 'ਚ ਬਣਾਉਣਾ, ਮਤਲਬ ਅਰਦਾਸ ਬੇਨਤੀ ਗੁਰੂ ਦੇ ਨਾਲ ਇੱਕ ਮਿੱਕ ਹੋ ਕੇ ਜੀ। ਪਰੰਤੂ ਅਸੀਂ ਉਸ ਅਰਦਾਸੀ ਸਿੰਘ ਦਾ ਧਿਆਨ ਤੋੜਨ ਲਈ, ਖੁਦ ਧਿਆਨ ਤੋੜਨ ਲਈ ਉਹਦੀ ਮੁੱਠੀ 'ਚ ਜਾ ਕੇ 100 ਰੁਪਈਆ ਫੜਾਉਂਦੇ ਹਾਂ। ਸੋ ਇਹ ਜਿਹੜੀ ਸਾਡੀ ਮਤਲਬ ਸਾਡੇ ਧਰਮ ਦੀ ਜਿਹੜੀ ਮਹਾਨਤਾ ਸੀ, ਜਿਹੜੇ ਸਾਡੇ ਸਿੱਖ ਸਿਧਾਂਤ ਸੀ, ਅਸੀਂ ਉਹਨਾਂ ਤੋਂ ਕੋਹਾਂ ਦੂਰ ਚਲੇ ਗਏ ਹਾਂ। ਉਹੀ ਅਡੰਬਰ, ਉਹੀ ਪਖੰਡ, ਉਹੀ ਕਰਮ ਕਾਂਡ ਜਿਨ੍ਹਾਂ ਤੋਂ ਸਿੱਖੀ ਸਾਨੂੰ ਦੂਰ ਕਰਦੀ ਸੀ, ਜਿਨ੍ਹਾਂ 'ਚੋਂ ਸਿੱਖੀ ਨੇ ਸਾਨੂੰ ਕੱਢਿਆ ਸੀ, ਨਿਆਰੇ ਨਿਰਾਲੇ ਬਣਾਇਆ ਸੀ, ਅੱਜ ਅਸੀਂ ਉਸੇ ਖੰਡ 'ਚ ਪੇ ਡਿੱਗ ਪਏ ਹਾਂ। ਸੋ ਇਸ ਕਰਕੇ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਨਾ ਹੀ ਛੱਡਤਾ ਕਿ ਗੁਰੂ ਦੇ ਸਨਮੁੱਖ ਅਰਦਾਸ ਉਹੀ ਪ੍ਰਵਾਨ ਹੁੰਦੀ ਹੈ ਜਿਹੜੀ ਗੁਰੂ ਦਾ ਸਿੱਖ ਖੁਦ ਗੁਰੂ ਨਾਲ ਸਿੱਧਾ ਰਾਬਤਾ ਕਰਕੇ, ਗੁਰੂ ਨਾਲ ਸਿੱਧੀ ਗੱਲ ਕਰਕੇ, ਗੁਰੂ ਨਾਲ ਬੇਨਤੀ ਜਿਹੜੀ ਉਹ ਕਰਦਾ, ਉਹ ਅਰਦਾਸ ਪ੍ਰਵਾਨ ਹੁੰਦੀ ਆ। ਮੁੱਲ ਦੀ ਅਰਦਾਸ ਜਾਂ ਕਿਸੇ ਦੀ ਕਿਸੇ ਵੱਲੋਂ ਕੀਤੀ ਅਰਦਾਸ ਆ ਜਿਹੜੀ, ਉਹ ਕਦੇ ਪ੍ਰਵਾਨ ਨਾ ਹੋਈ ਆ ਅਤੇ ਨਾ ਹੋਣੀ ਆ। ਸੋ ਇਹ ਸਿਰਫ ਅਤੇ ਸਿਰਫ ਮੈਨੂੰ, ਮੈਂ ਇਸ ਨੂੰ ਸਿਰਫ ਅਤੇ ਸਿਰਫ ਕਰਮ ਕਾਂਡ ਮੰਨਦਾ। ਭਾਈ ਗੁਰਬਖਸ਼ ਸਿੰਘ ਖਾਲਸਾ ਅਰਦਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ 'ਤੇ ਬੈਠੇ ਸਨ, ਪਰੰਤੂ ਉਹ ਸੰਘਰਸ਼ ਫੇਲ ਹੋ ਗਿਆ। ਉਸ ਤੋਂ ਬਾਅਦ ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਦੇ ਲਈ ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ 'ਤੇ ਬੈਠੇ। ਤੁਸੀਂ ਅੱਜ ਦੇ ਸੰਦਰਭ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਜੋ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਇਹ ਮਰਨ ਵਰਤ ਦੀ, ਕਿਉਂਕਿ ਸਹੀ ਮਹੀਨਿਆਂ ਦੇ ਵਿੱਚ ਮਰਨ ਵਰਤ ਦਾ ਜਿਹੜੀ ਪਰੰਪਰਾ ਵਾ ਜਾਂ ਪਿਰਤ ਆ, ਇਹਦਾ ਸਿੱਖੀ ਦੇ ਵਿੱਚ ਕੋਈ ਮਤਲਬ ਸਥਾਨ ਨਹੀਂ ਹੈ ਜੀ। ਪਰੰਤੂ ਕਿਉਂਕਿ ਸਮੇਂ ਦੀਆਂ ਸਰਕਾਰਾਂ ਦਾ ਧਿਆਨ ਖਿੱਚਣ ਦੇ ਲਈ ਅੱਜ ਜਿਹੜਾ ਲੋਕਤੰਤਰੀ ਢੰਗ ਤਰੀਕਾ, ਉਹਦੇ 'ਚ ਇਹ ਮਰਨ ਵਰਤ ਵੀ ਹੈ ਜਿਹੜਾ ਇੱਕ ਹਥਿਆਰ ਵਜੋਂ ਸ਼ਾਮਿਲ ਹੋ ਗਿਆ। ਸੋ ਸਿੱਖਾਂ ਨੇ ਵੀ ਉਸ ਨੂੰ ਅਪਣਾ ਲਿਆ
ਇਸ ਤੋਂ ਪਹਿਲਾਂ ਜੇ ਅਸੀਂ ਮਤਲਬ ਪੁਰਾਤਨ ਸਮੇਂ 'ਚ ਚਲੇ ਜਾਈਏ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਉਸਦੇ ਨਾਲ ਹੋਰ ਜਿਹੜੇ ਮਤਲਬ ਅਰਦਾਸ ਕੀਤੀ ਉਹਨਾਂ ਨੇ, ਜਿਹੜੇ ਆਪਣੇ ਪੰਜਾਬੀ ਸੂਬੇ ਲਈ, ਚੰਡੀਗੜ੍ਹ ਲਈ, ਪੰਜਾਬੀ ਬੋਲਦੇ ਇਲਾਕਿਆਂ ਲਈ, ਇੱਕ ਵਾਰ ਨਹੀਂ ਤਿੰਨ ਵਾਰ ਉਹਨਾਂ ਨੇ ਅਰਦਾਸ ਕਰਕੇ ਕਿ ਅਸੀਂ ਇੰਨੀ ਤਰੀਕ ਨੂੰ ਮਰਨ ਵਰਤ ਰੱਖਾਂਗੇ, ਮਰਨ ਵਰਤ 'ਤੇ ਬੈਠੇ, ਫਿਰ ਉਹ ਮਰਨ ਵਰਤ ਤੋੜਿਆ, ਸੜ ਮਰਨ ਦਾ ਐਲਾਨ ਕੀਤਾ ਗਿਆ, ਉਹ ਪੂਰਾ ਨਹੀਂ। ਸੋ ਉਹ ਉਸ ਉਹਨਾਂ ਨੇ ਅਰਦਾਸ ਦੀ ਮਹਾਨਤਾ ਨੂੰ ਰੋਲਤਾ ਉਸ ਵੇਲੇ ਦੇ ਜਿਹੜੇ ਸਿੱਖ ਆਗੂ ਸੀ, ਚਾਹੇ ਉਹ ਮਾਸਟਰ ਤਾਰਾ ਸਿੰਘ ਸੀ, ਚਾਹੇ ਉਹ ਸੰਤ ਫਤਿਹ ਸਿੰਘ ਸੀ, ਉਸ ਅਰਦਾਸ ਦੀ ਮਹਾਨਤਾ ਦੀ ਕੈਮੀ ਲਈ ਫਿਰ ਭਾਈ ਦਰਸ਼ਨ ਸਿੰਘ ਫੇਰੂ ਮਾਨ ਨੇ ਆਪਣੀ ਸ਼ਹਾਦਤ ਦਿੱਤੀ। ਉਹ ਮਰਨ ਵਰਤ 'ਤੇ ਬੈਠੇ ਅਤੇ ਆਪਣੀ ਸ਼ਹਾਦਤ ਦੇ ਕੇ ਅਰਦਾਸ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ। ਸੋ ਉਸੇ ਹੀ ਬਿਰਤ 'ਚ ਅੱਗੋਂ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਕੇ ਮਰਨ ਵਰਤ ਸ਼ੁਰੂ ਕੀਤਾ। ਸੋ ਜਿਵੇਂ ਤੁਸੀਂ ਕਿਹਾ ਕਿ ਕੌਮ ਨੇ ਮਤਲਬ ਸਮਰਪਿਤ ਹੋ ਕੇ ਵੱਧ ਚੜ੍ਹ ਕੇ ਪੂਰੇ ਜੋਸ਼ ਨਾਲ ਉਹਦਾ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦਾ ਸਾਥ ਦਿੱਤਾ, ਸੰਘਰਸ਼ ਸਿਖਰਾਂ 'ਤੇ ਪਹੁੰਚਿਆ ਅਤੇ ਜਿੱਤ ਬਿਲਕੁਲ ਨੇੜੇ ਦਿਖਾਈ ਦਿੰਦੀ ਸੀ, ਪਰੰਤੂ ਗੱਲ ਉਹੀ ਹੋਈ ਕਿ ਜਿਹੜੇ ਧਰਮ ਦੇ ਠੇਕੇਦਾਰ ਆ, ਜਿਹੜੇ ਸਰਕਾਰਾਂ ਵਾਲੇ ਨੇ, ਉਹਨਾਂ ਨੇ ਮਤਲਬ ਸ਼ਾਮ ਦਾਮ ਦੰਡ ਭੇਦ ਵਾਲੇ ਢੰਗ ਤਰੀਕਿਆਂ ਦੇ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਦਿਲਾਤਾ, ਉਹਦਾ ਸਿਦਕ ਡੋਲ ਗਿਆ ਅਤੇ ਉਹਦੇ ਨਾਲ ਹੀ ਅਰਦਾਸ ਦੀ ਮਹਾਨਤਾ ਦੀ ਜਿਹੜੀ ਮਹਾਨਤਾ ਸੀ ਉਹਨੂੰ ਠੇਸ ਪਹੁੰਚੀ। ਸੋ ਉਸ ਤੋਂ ਅੱਗੇ ਹੁਣ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਸੰਘਰਸ਼ ਆਰੰਭਿਆ 16 ਜਨਵਰੀ 15 ਨੂੰ, ਤਾਂ ਉਹਨੇ ਵੀ ਮਤਲਬ ਇਹ ਕਿਹਾ ਸੀ ਕਿ ਮੈਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿੱਥੇ ਅਰਦਾਸ ਤੋੜੀ ਆ ਮੈਂ ਇਹਨੂੰ ਉੱਥੇ ਸ਼ੁਰੂ ਕਰਦਾ। ਸੋ ਅੱਜ ਤੱਕ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਮੈਂ ਆਪਣੇ ਮੂੰਹ ਦੇ ਨਾਲ ਕੋਈ ਚੀਜ਼ ਨਹੀਂ ਖਾਊਂਗਾ, ਆਪਣੇ ਹੱਥਾਂ ਦੇ ਨਾਲ ਕੋਈ ਚੀਜ਼ ਨਹੀਂ ਖਾਊਂਗਾ। ਸੋ ਸਰਕਾਰਾਂ ਦਾ ਜਿਹੜਾ ਦਬਾਅ, ਉਸ ਦਬਾਅ ਦੇ ਅੱਗੇ ਸਮਾਂ ਇੰਨਾ ਲੰਬਾ ਹੋ ਗਿਆ ਕਿ ਕੌਮ ਦਾ ਭਰੋਸਾ ਅਤੇ ਵਿਸ਼ਵਾਸ ਡੋਲ ਗਿਆ। ਸੋ ਹੁਣ ਬਾਪੂ ਸੂਰਤ ਸਿੰਘ ਖਾਲਸਾ ਆਪਣੀ ਥਾਂ 'ਤੇ, ਉਹ ਆਪਣੀ ਦਲੀਲ 'ਤੇ, ਕੌਮ ਆਪਣੀ ਦਲੀਲ 'ਤੇ ਕਿ ਇੰਨਾ ਲੰਬਾ ਸਮਾਂ ਜਿਹੜਾ ਉਹ, ਜਾਂ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਜਾਂ ਹੋਰ ਕੋਈ, ਉਹਦੇ ਨਾਲ ਮਤਲਬ ਉਸ ਗੱਲ ਨੂੰ ਜਿਹੜਾ ਸੰਘਰਸ਼ ਕੌਮ ਨੇ ਮਤਲਬ ਉਸ ਇਸ ਸੰਘਰਸ਼ ਦੇ ਵਿੱਚ ਵੀ ਜਿਹੜਾ ਹਿੱਸਾ ਲਿਆ ਸੀ, ਜਿਹੜਾ ਯੋਗਦਾਨ ਪਾਇਆ ਸੀ, ਉਹ ਵੀ ਮਤਲਬ ਮਾਈਨਸ ਹੋ ਗਿਆ। ਸੋ ਅੱਜ ਜਦੋਂ ਕਿਤੇ ਕੋਈ ਬਾਪੂ ਨੂੰ ਹਸਪਤਾਲ ਲਿਜਾਣ ਦੀ ਜਾਂ ਬਾਪੂ ਨੂੰ ਘਰ ਲਿਜਾਣ ਦੀ ਗੱਲ ਆਉਂਦੀ ਆ, ਉਹ ਖਬਰ ਜ਼ਰੂਰ ਆਉਂਦੀ ਆ, ਉਸ ਤੋਂ ਇਲਾਵਾ ਕੋਈ ਗੱਲ ਹੈ ਜਿਹੜੀ ਨਹੀਂ। ਸੋ ਹੁਣ ਇਹ ਸੰਘਰਸ਼ ਕਿੱਥੇ ਜਾ ਕੇ ਖਤਮ ਹੁੰਦਾ ਅਤੇ ਅਰਦਾਸ ਦੀ ਮਹਾਨਤਾ ਬਰਕਰਾਰ ਰਹਿੰਦੀ ਹੈ ਜਾਂ ਉਹਨੂੰ ਫੇਰ ਠੇਸ ਪਹੁੰਚਦੀ ਆ, ਇਹ ਮਤਲਬ ਇਸ ਦੇ ਅਸੀਂ ਖਾਤਮੇ ਤੋਂ ਪਹਿਲਾਂ ਕੋਈ ਟਿੱਪਣੀ ਨਹੀਂ ਕਰ ਸਕਦੇ। ਅਰਦਾਸ ਬੇਨਤੀ ਦੇ ਜ਼ਰੀਏ ਸਿੱਖ ਗੁਰੂ ਦੇ ਨਾਲ ਸਿੱਧਾ ਸਨਮੁਖ ਹੁੰਦਾ ਹੈ, ਕੀ ਇਸ ਮਹਾਨਤਾ ਨੂੰ ਸਿੱਖ ਕਦੇ ਸਮਝਣਗੇ? ਇਹਦੇ ਵਿੱਚ ਗੱਲ ਸਿਰਫ ਉਹੀ ਆ ਗਈ ਨਾ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਗੁਰੂ ਨੂੰ ਮੰਨਦੇ ਆ, ਗੁਰੂ ਦੀ ਮੰਨਣੋਂ ਹਟ ਗਏ। ਹਾਂਜੀ, ਜਦੋਂ ਮੈਂ ਗੁਰੂ ਦੀ ਮੰਨਣੋਂ ਹਟ ਗਿਆ, ਕੁਦਰਤੀ ਹੁੰਦਾ ਕਿ ਅਸੀਂ ਚਾਹੇ ਸਕੂਲਾਂ ਦੇ ਵਿੱਚ ਹੀ ਦੇਖ ਲਈਏ ਕਿ ਜਿਹੜਾ ਬੱਚਾ ਸਕੂਲ ਦਾ ਕੰਮ ਕਰਕੇ ਨਹੀਂ ਆਇਆ ਹੁੰਦਾ, ਉਹ ਮਾਸਟਰ ਤੋਂ ਮਤਲਬ ਆਪਦਾ ਅੱਖਾਂ ਨੇ ਜਿਹੜੀਆਂ ਉਹ ਚੁਰਾਉਂਦਾ, ਕੋਸ਼ਿਸ਼ ਕਰਦਾ ਕਿ ਮੈਂ ਮਾਸਟਰ ਦੇ ਸਾਹਮਣੇ ਨਾ ਆਉਂਦਾ। ਸੋ ਉਹ ਸਥਿਤੀ ਮਤਲਬ ਅੱਜ ਸਿੱਖ ਕੌਮ ਦੀ ਬਣੀ ਹੋਈ।
ਹੋਈ ਆ ਕਿ ਅਸੀਂ ਕਿਉਂਕਿ ਗੁਰੂ ਦੇ ਸਿਧਾਂਤ ਉਹਨਾਂ ਤੋਂ ਦੂਰ ਹੋ ਗਏ ਹਾਂ, ਉਹਨਾਂ ਨੂੰ ਅਸੀਂ ਪਿੱਠ ਦੇ ਗਏ ਹਾਂ, ਇਸ ਕਰਕੇ ਅਸੀਂ ਗੁਰੂ ਦੇ ਸਰਮੁਖ ਹੋਣ ਤੋਂ ਆਪਣੇ ਆਪ ਨੂੰ ਅਸਮਰਥ ਸਮਝਣ ਲੱਗ ਪਏ ਹਾਂ। ਸਾਡੇ ਮਨ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਅਤੇ ਉਸ ਕਾਰਨ ਇਹ ਜਿਹੜੀ ਮੈਂ ਗੱਲ ਕੀਤੀ ਆ ਕਿ ਅਰਦਾਸ ਬੇਨਤੀ ਵਾਲੀ ਗੱਲ ਆ ਜਿਹੜੀ ਉਹ ਤਾਂ ਗੁਰੂ ਨੂੰ ਸਿਰ ਸਮਰਪਿਤ ਕਰਕੇ ਹੁੰਦੀ ਹੈ। ਸੋ ਇਹ ਭਾਵਨਾ ਸਾਡੇ ਵਿੱਚੋਂ ਖਤਮ ਹੋ ਗਈ ਆ। ਅੱਜ ਜੇ ਅਸੀਂ ਗੱਲ ਕਰਦੇ ਹਾਂ ਕਿ ਕੌਮ ਦੇ ਵਿੱਚ ਸਵਾਰਥ ਆ, ਪਦਾਰਥ ਆ, ਅੰਨੀ ਦੌੜ ਸਾਡੇ ਸ਼ੁਰੂ ਹੋ ਗਈ ਚੌਧਰਪੁਣੇ ਦੀ, ਲਾਲਸਾ ਦੀ, ਮਤਲਬ ਉਸ ਦੇ ਨਾਲ ਜਿਹੜੇ ਸਿਧਾਂਤ ਸਿੱਖੀ ਸਿਧਾਂਤ ਸੀ ਉਹਨਾਂ ਨੂੰ ਹੋਰਾ ਲੱਗ ਗਿਆ। ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਗੁਰੂ ਦੇ ਨਾਮ 'ਤੇ ਸ਼ੁਰੂ ਹੋਇਆ ਸੰਘਰਸ਼, ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਸ ਬੇਅਦਬੀ ਦੇ ਵਿਰੋਧ 'ਚ ਸ਼ੁਰੂ ਹੋਇਆ ਸੰਘਰਸ਼ ਹੈ ਜਿਹੜਾ ਉਹ ਦਮ ਤੋੜ ਗਿਆ। ਅਤੇ ਹੁਣ ਕਿਹੜਾ ਸਿੱਖ ਗੁਰੂ ਨੂੰ ਆਪਣਾ ਮੂੰਹ ਦਿਖਾ ਸਕਦਾ, ਕਿਹੜਾ ਸਿੱਖ ਗੁਰੂ ਨੂੰ ਆਪਣਾ ਮੂੰਹ ਦਿਖਾ ਸਕਦਾ ਕਿ ਅਸੀਂ ਆਪਣੇ ਬਾਪ ਦੀ ਪੱਗ ਰੋਲਣ ਨੂੰ ਨਹੀਂ ਬਚਾ ਸਕੇ। ਦੁਸ਼ਮਣ ਤਾਕਤਾਂ ਨੇ, ਦੁਸ਼ਟ ਤਾਕਤਾਂ ਨੇ ਸਾਡੇ ਗੁਰੂ ਦੀ ਪੱਗ ਰੋਲੀ, ਪਵਿੱਤਰ ਰੰਗਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਰੋਲਿਆ ਅਤੇ ਅਸੀਂ ਕੁਛ ਨਹੀਂ ਕਰ ਸਕੇ। ਸੋ ਇਹ ਜਿਹੜੀ ਸਾਡੇ 'ਚ ਕਮਜ਼ੋਰੀ ਆ ਗਈ ਆ ਕਿ ਅਸੀਂ ਗੁਰੂ ਦੇ ਸਨਮੁੱਖ ਹੋਣ ਤੋਂ ਅੱਖਾਂ ਚੁਰਾਉਣ ਲੱਗ ਪਏ ਹਾਂ। ਸੋ ਇਸ ਕਾਰਨ ਅੱਜ ਜਿਹੜੀ ਅਰਦਾਸ ਦੀ ਮਹਾਨਤਾ ਹੈ ਜਿਹੜੀ ਉਹ ਨਹੀਂ ਰਹੀ, ਉਹ ਮਹਾਨਤਾ ਖਤਮ ਹੋ ਗਈ ਆ। ਕਿਉਂਕਿ ਗੁਰੂ ਦਾ ਜਿਹੜਾ ਆਸ਼ੀਰਵਾਦ ਸੀ, ਗੁਰੂ ਦਾ ਜਿਹੜਾ ਬਖਸ਼ਿਸ਼ਾਂ ਭਰਿਆ, ਰਹਿਮਤਾਂ ਭਰਿਆ ਹੱਥ ਸਿੱਖ ਦੇ ਸਿੱਖ 'ਤੇ ਹੁੰਦਾ ਸੀ, ਗੁਰੂ ਪ੍ਰਤੀਤ ਕਰਦਾ ਸੀ ਹਰ ਸਿੱਖ ਦੀ, ਉਹ ਅਸੀਂ ਉਸ ਕਿਰਦਾਰ ਤੋਂ ਡਿੱਗ ਪਏ ਹਾਂ। ਤੋ ਗੁਰੂ ਸਾਹਿਬ ਨੇ ਖੁਦ ਇਹ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ ਅਤੇ ਉਹਨਾਂ ਨੇ ਸਾਨੂੰ ਸੁਚੇਤ ਕੀਤਾ ਸੀ, ਕੌਮ ਨੂੰ ਸੁਚੇਤ ਕੀਤਾ ਸੀ ਕਿ ਜਿਸ ਦਿਨ ਤੁਸੀਂ ਮੇਰੀ ਪ੍ਰਤੀਤ ਗਵਾਲੀ ਅਤੇ ਮੈਂ ਵੀ ਤੁਹਾਡੀ ਪ੍ਰਤੀਤ ਕਰਨੀ ਛੱਡ ਦਿੱਤੀ। ਸੋ ਉਹ ਅੱਜ ਸਥਿਤੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਸਾਡੇ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਆ ਗਈ ਆ। ਸੋ ਇਸ ਕਰਕੇ ਅੱਜ ਮਤਲਬ ਹਰ ਸਿੱਖ ਆ ਜਿਹੜਾ ਉਹ ਇਹ ਤਾਂ ਹੈ ਕਿ 11,000 ਰੁਪਈਆ ਦੇ ਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੂੰ ਬੁਲਾ ਲੂਗਾ, ਪਰੰਤੂ ਉਹਦੇ 'ਚ ਇਹ ਸਮਰੱਥ ਹੈ ਨਹੀਂ ਕਿ ਉਹ ਗੁਰੂ ਦੇ ਸਰਮੁਖ ਹੋ ਕੇ ਆਪ ਅਰਦਾਸ ਬੇਨਤੀ ਕਰੇ ਕਿ ਸੱਚੇ ਪਾਤਸ਼ਾਹ ਮੈਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਆਪ ਤੇਰੇ ਅੱਗੇ ਸਮਰਪਿਤ ਕਰਦਾ। ਸੋ ਇਹ ਭਾਵਨਾ ਜਿਹੜੀ ਇਸ ਪੂਰੀ ਤਰ੍ਹਾਂ ਇੱਕ ਤਰ੍ਹਾਂ ਕੌਮ ਦੇ ਵਿੱਚੋਂ ਖਤਮ ਹੋ ਗਈ ਆ। ਉਹਦੇ ਨਾਲ ਅੱਜ ਜਿਹੜੇ ਨਗਾਰ ਦੀ ਗੱਲ ਕਰਦੇ ਹਾਂ ਅਸੀਂ ਜਾਂ ਹੋਰ ਜਿਹੜੀਆਂ ਸਾਰੀਆਂ ਸਾਡੇ ਕੌਮ ਦੇ ਚਾਰੇ ਪਾਸੇ ਚੌਤਰਫੋ ਹਮਲੇ ਹੋ ਰਹੇ ਨੇ ਅਤੇ ਕੌਮ ਦੀ ਜਿਹੜੀ ਹਾਲਾਤ ਬਣਦੇ ਜਾ ਰਹੇ ਨੇ, ਸੋ ਉਹਦੇ ਪਿੱਛੇ ਮੁੱਖ ਰੂਪ ਦੇ ਵਿੱਚ ਕਾਰਨ ਇਹ ਹੈ ਕਿ ਅਸੀਂ ਗੁਰੂ ਦੀ ਪ੍ਰਤੀਤ ਉਹਨੂੰ ਗਵਾ ਬੈਠੇ। ਸਿੱਖ ਦੇ ਜੀਵਨ ਦੇ ਵਿੱਚ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ। ਸਿੱਖ ਅਤੇ ਗੁਰੂ ਦੇ ਵਿੱਚ ਅਰਦਾਸ ਦਾ ਇੱਕ ਅਟੁੱਟ ਰਿਸ਼ਤਾ ਹੈ। ਜਦੋਂ ਤੱਕ ਸਿੱਖ ਅਤੇ ਗੁਰੂ ਦੇ ਵਿੱਚ ਇਹ ਅਟੁੱਟ ਰਿਸ਼ਤਾ ਬਣਿਆ ਰਹੇਗਾ, ਉਦੋਂ ਤੱਕ ਸਿੱਖ ਦੀ ਹੋਂਦ ਇਸ ਧਰਤੀ 'ਤੇ ਬਰਕਰਾਰ ਰਹੇਗੀ, ਨਹੀਂ ਤਾਂ ਫਿਰ ਸਿੱਖਾਂ ਦਾ ਰੱਬ ਹੀ ਰਾਖਾ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।